ਤੇ ਡੀਜੀਪੀ ਨੂੰ ਜਿਹੜੀ ਧਮਕੀ ਆਈ ਆ ਕਿਵੇਂ ਦੇਖਦੇ ਹੋ ਐਸਜੇਐਫ ਵੱਲੋਂ? ਫਿਰ ਉਹ ਯਾਰ ਇਹ ਤਾਂ ਜੋਕਰ ਆ ਕੋਈ, ਇਹ ਜਿਹੜਾ ਤੁਸੀਂ ਉਹਦਾ ਨਾਂ ਲੈ ਗੰਨੇ ਪੰਨੂ ਜਿਹਾ, ਉਹ ਤਾਂ ਇੱਕ ਫਰਾਡ ਜੋਕਰ ਬੰਦਾ ਹੈ, ਉਹ ਆਪਣੀ ਦੁਕਾਨ ਚਲਾਉਣ ਨੂੰ ਬੇਤੁਕੀਆਂ ਗੱਲਾਂ ਕਰਦਾ ਹੈ। ਉਹ ਨਾ ਕੋਈ ਸਿੱਖ ਆ ਨਾ ਕੋਈ ਕੁਛ ਆ, ਇਹ ਬਹਿਰੂਪੀਆ ਹੈ ਇੱਕ। ਉਹਨੇ ਸਿਰਫ ਏਜੰਸੀਆਂ ਤੋਂ ਪੈਸਾ ਲੈਣਾ ਹੁੰਦਾ, ਉਹਨੂੰ ਕਹਿ ਆ ਤਾਂ ਪੁੱਤ ਉਰੇ ਪੰਜਾਬ 'ਚ ਤੇਰੇ ਨਾਲ ਖੇਡੀਏ ਕਬੱਡੀ, ਉਹ ਤਾਂ ਉੱਥੇ ਬੈਠਾ ਗੱਲਾਂ ਮਾਰਦਾ ਰਹਿੰਦਾ ਹੈ ਪਿੱਛੇ ਗੁੱਤ ਜੀ ਕਰਕੇ। ਉਹਨੂੰ ਉਹਦਾ ਕੰਮ ਪਾਰਟੀਕਲ ਪਤਾ ਨਹੀਂ, ਫੋਟੋ ਵੀ ਉਹਦੀ ਹੈ ਕਿ ਨਹੀਂ ਹੈ, ਜਿਹੜੀ ਅਖਬਾਰਾਂ ਛਪਦੇ ਆ ਪਤਾ ਨਹੀਂ ਕੌਣ ਹੈ ਕੌਣ ਨਹੀਂ। ਉਹਦੇ ਆਪਦੇ ਬੱਚੇ ਆ ਜਿਹੜੇ, ਉਹ ਸਾਰੇ ਸਭ ਤੋਂ ਵਧੀਆ ਯੂਨੀਵਰਸਿਟੀਆਂ 'ਚ ਪੜ੍ਹਦੇ ਆ। ਜੇ ਉਹਦੇ ਘਰ ਚੈੱਕ ਕਰੋ, ਕਿਉਂਕਿ ਇਹ ਸ਼ਿਕਾਇਤਾਂ ਹੋਈਆਂ ਹੈ, ਐਕਸਟਰਨਲ ਫਰੇਮ ਮਿਨਿਸਟਰੀ ਨੇ ਵੀ ਕੀਤੀ ਆ, ਹੋਮ ਮਿਨਿਸਟਰੀ ਨੇ ਵੀ ਕੀਤੀ ਆ। ਸਭ ਤੋਂ ਵੱਡੀਆਂ ਗੱਡੀਆਂ, ਮਹਿੰਗੀਆਂ ਕਰੋੜਾਂ ਦੀਆਂ ਗੱਡੀਆਂ ਉਹਦੇ ਬੱਚੇ ਅਤੇ ਉਹਦੀਆਂ ਘਰ ਵਾਲੀਆਂ ਉੱਥੇ ਇੰਜੋਏ ਕਰਦੀਆਂ ਹੈ। ਇੱਥੇ ਬੱਚਿਆਂ ਨੂੰ ਉਹ ਖਾਲਿਸਤਾਨ ਦੇ ਕੰਧਾਂ 'ਤੇ ਲਿਖਾ ਕੇ ਉਹਨਾਂ ਨੂੰ ਉਹ ਅੰਦਰ ਜੇਲ੍ਹ 'ਚ ਉਹਨਾਂ 'ਤੇ NIA ਲਵਾ ਦਿੰਦਾ ਹੈ, ਅਤੇ ਮੁੜ ਕੇ ਇਹੋ ਜਿਹੇ ਬੰਦੇ ਦੀ ਕੋਈ ਜਗ੍ਹਾ ਨਹੀਂ। ਨਾਲੇ ਮੈਂ ਬੈਠਾ ਜਿੰਨਾ ਚਿਰ, ਇਹ ਹਮੇਸ਼ਾ ਕਿਹਾ ਆ ਬੈਠਿਆ ਅਦਾਵਰ ਸਾਹਿਬ ਨੇ ਸਰਦਾਰ ਬੇਅੰਤ ਸਿੰਘ ਜੀ ਨਾਲ, ਅੱਜ ਹਾਲਾਤ ਬੜੇ ਮਾੜੇ ਨੇ ਪੰਜਾਬ 'ਚ, ਹਰ ਰੋਜ਼ ਕਿਤੇ ਸਰਪੰਚ ਦਾ ਕਤਾ, ਕਿਤੇ ਲੁੱਟਾਂ ਕਿਤੇ ਖੋਹਾਂ, ਪਰ ਬਿਲਕੁਲ ਵੀ ਫਿਕਰ ਕਰਨ ਦੀ ਲੋੜ ਨਹੀਂ। ਇਹ ਗੱਲਾਂ ਦੁਬਾਰਾ ਜਿਹੜੇ ਲੋਕ ਨੇ ਸੋਚ ਰਹੇ ਆ ਕਾਰੋਬਾਰੀ ਵੀ ਅਸੀਂ ਪੰਜਾਬ ਨੂੰ ਛੱਡ ਕੇ ਚਲੇ ਜਾਈਏ, ਜੋ ਅੱਜ ਰੋਜ਼ ਹੋ ਰਿਹਾ, ਕਿਤੇ ਬੇਅਦਬੀ ਹੋ ਰਹੀ ਆ, ਕਿਤੇ ਕਿਤੇ ਹਨੂੰਮਾਨ ਚਾਲੀਸਾ ਜੀ ਨਾਲ ਉਹਨਾਂ ਨਾਲ ਛੇੜਖਾਨੀ ਮੈਂ ਰਾਤ ਪੜ੍ਹ ਰਿਹਾ ਸੀ ਹੋਈ ਆ, ਕਿਤੇ ਨਿਹੰਗ ਸਿੰਘ ਨੇ ਜਿਹੜੇ ਬਾਣੇ 'ਚ ਉਹ ਕਿਸੇ ਨੂੰ ਵੱਢ ਟੁੱਕ ਕਰ ਰਹੇ ਆ। ਇਸ ਕਰਕੇ ਪੰਜਾਬ ਦਾ ਮਾਹੌਲ ਆ ਜਿਹੜਾ, ਉਹ ਮਸਾਂ ਅਸੀਂ ਠੀਕ ਕੀਤਾ, ਪਰ ਬਿਲਕੁਲ ਘਬਰਾਉਣ ਦੀ ਲੋੜ ਨਹੀਂ। ਚਾਹੇ ਕਿਸੇ ਹੱਦ ਤੱਕ ਜਾਣਾ ਪਵੇ ਸਾਡੇ ਸ਼ਹਿਰੀ ਨੂੰ, ਕਿਸੇ ਨੂੰ ਵੀ, ਜਿੰਨਾ ਚਿਰ ਅਸੀਂ ਜਿਉਂਦੇ ਹਾਂ ਪੰਜਾਬ ਦੇ ਵਿੱਚ, ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਵੀ ਖਤਰਾ ਨਹੀਂ ਗਾ, ਨਾ ਆਉਣ ਦੇਵਾਂਗੇ। ਚਾਹੇ ਪੰਨੂ ਹੋਵੇ, ਚਾਹੇ ਪੰਨੂ ਦਾ ਬਾਪੂ ਹੋਵੇ, ਕਿਸੇ ਨੂੰ ਪੰਜਾਬ 'ਚ ਅਮਨ ਸ਼ਾਂਤੀ ਭੰਗ ਨਹੀਂ ਕਰਨ ਦੇਵਾਂਗੇ। Subscribe to One India channel and never miss an update.